ਅਮਰਤ ਨਾਮ ਭੋਜਨ ਹਰ ਦੇ हे ਭਾਈ ਜਿਸ ਮਨੁੱਖ ਉਤੇ ਪਰਮਾਤਮਾ ਆਪਣੀ ਮਿਹਰ ਦੀ ਨਿਗਾਹ ਕਰਦਾ ਹੈ ਕੋਟ ਮੱਦੇ ਕੋਈ ਵੇਲਾ ਲੈ ਉਸ ਨੂੰ ਉਸ ਦੀ ਜਿੰਦ ਵਾਸਤੇ ਖੁਰਾਕ ਆਪਣਾ ਆਤਮਿਕ ਜੀਵਨ ਦੇਣ ਵਾਲਾ ਨਾਮ ਬਖਸ਼ਦਾ ਹੈ ਜਿਸ ਨੂੰ ਆਪਣੀ ਨਦਰ ਕਰੇ ਪਾਰਕ ਰੋੜਾ ਵਿੱਚ ਕੋਈ ਵੀ ਲਾមុਨੁਖੀ ਇਹ ਦਾਤ ਹਾਸਲ ਕਰਦਾ ਹੈ ਗੁਰ ਕੇ ਚਰਨ ਮਨ ਮਾਹੇ ਵਸਾਏ ਏ ਪਾਈ ਗੁਰੂ ਦੇ ਸੋਹਣੇ ਚਰਨ ਆਪਣੇ ਮਨ ਵਿੱਚ ਟਿਕਾਈ ਰੱਖ ਦੁੱਖ ਹਨੇਰਾ ਅੰਦਰੋਂ ਹੋ ਜਾਏ ਇਸ ਤਰ੍ਹਾਂ ਮਨ ਵਿੱਚੋਂ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਆਤਮਕ ਜੀਵਨ ਵੱਲੋਂ ਬੇਸਮਝੀ ਦਾ ਹਨੇਰਾ ਹਟ ਜਾਂਦਾ ਹੈ ਆਪੇ ਸਾਚਾ ਲੈ ਮਿਲਾਏ ਅਤੇ ਸਦਾ ਕਾਇਮ ਰਹਿਣ ਵਾਲਾ ਆਪ ਹੀ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਗੁਰ ਕੀ ਬਾਣੀ ਸਿਉ ਲਾਏ ਪਿਆਰ اے ਪਾਈ ਸਤਿਗੁਰੂ ਦੀ ਬਾਣੀ ਨਾਲ ਪਿਆਰ ਜੋੜ ਐਥੇ ਓਥੇ ਇਹੋ ਆਧਾਰ ਇਹ ਬਾਣੀ ਹੀ ਇਸ ਲੋਕ ਅਤੇ ਪਰਲੋਕ ਵਿੱਚ ਜ਼ਿੰਦਗੀ ਦਾ ਆਸਰਾ ਹੈ ਆਪੇ ਦੇਵਾ ਸਿਰਜਣਹਾਰ ਪਰ ਇਹ ਦਾਤ ਜਗਤ ਨੂੰ ਪੈਦਾ ਕਰਨ ਵਾਲਾ ਪ੍ਰਭੂ ਆਪ ਹੀ ਦਿੰਦਾ ਹੈ ਸੱਚਾ ਮਨਾਈ ਆਪਣਾ ਪਾਣਾ ਏ ਪਾਈ ਸਦਾ ਤੇ ਰਹਿਣ ਵਾਲਾ ਪਰਮਾਤਮਾ ਗੁਰੂ ਦੀ ਛਾਨ پا ਕੇ ਆਪਣੀ ਰਜਾ ਮਿੱਟੀ ਕਰਕੇ ਮੰਨਣ ਲਈ ਮਨੁੱਖ ਦੀ ਸਹਾਇਤਾ ਕਰਦਾ ਹੈ ਸੋਈ ਭਗਤ ਸੋਗੜ ਸੁਜਾਣ ਜੇੜਾ ਮਨੋਖ ਰਜਾ ਨੂੰ ਮਾਨ ਲੈਂਦਾ ਹੈ ਉਹੀ ਹੈ ਸੋਣਾ ਸੁਚੱਜਾ ਸਿਆਣਾ ਭਗਤ ਨਾਨਕ ਤਿਸ ਕੈ ਸਦ ਕੁਰਬਾਨਾ ਅਜੇ ਹੈ ਮਨੁਖ ਤੋਂ ਨਾਨਕ ਸਦਾ ਸਦਕੇ ਜਾਂਦਾ ਹੈ ਪਰਵਾਤੀ ਮਹੱਲਾ ਚੌਥਾ ਵਿਪਾਸ ਇਹ ਬਾਣੀ ਰਾਗ ਪਰਵਾਤੀ ਅਤੇ ਵਿਪਾਸ ਵਿੱਚ ਉਚਾਰਨ ਕੀਤੀ ਹੋਈ ਧੰਗੁਰੂ ਰਾਮਦਾਸ ਜੀ ਦੀ ਬਾਣੀ ਹੈ ਇੱਕ ਕੇ ਓਂਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਕੇਵਲ ਇੱਕ ਹੈ ਸੱਚੇ ਗੁਰੂ ਦੀ ਦਿਆ ਨਾਲ ਉਹ ਪਾਇਆ ਜਾਂਦਾ ਹੈ ਰਸਕ ਰਸਕ ਗੋਣ ਗਾ ਵਹਿ ਗੁਰ ਮਤ ਲਿਵ ਓਨ ਮਨ ਨਾਮ ਲਗਾਨ ਏ ਭਾਈ ਗੁਰੂ ਦੀ ਮੱਤ ਉੱਤੇ ਤੁਰ ਕੇ ਆਓ ਅਸੀਂ ਮੋੜ ਮੋੜ ਸਵਾਦ ਨਾਲ ਪਰਮਾਤਮਾ ਦੇ ਗੁਣ ਗਾਇਆ ਕਰੀਏ ਇਸ ਤਰ੍ਹਾਂ ਪਰਮਾਤਮਾ ਦੇ ਨਾਮ ਵਿੱਚ ਲਗਣ ਲੱਗ ਜਾਂਦੀ ਹੈ ਪ੍ਰਭੂ ਮਿਲਾਪ ਦੀ ਤਾਂਗ ਵਿੱਚ ਸੁਰਤ ਟਿੱਕੀ ਰਹਿੰਦੀ ਹੈ ਅਮਰਤ ਰਸ ਪੀਆ ਗੁਰ ਸਬਦੀ ਹਮ ਨਾਮ ਵਿਟੋ ਹ ਕੁਰਬਾਨ ਏ ਭਾਈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਪੀਤਾ ਜਾ ਸਕਦਾ ਹੈ ਏ ਭਾਈ ਮੈਂ ਤਾਂ ਪਰਮਾਤਮਾ ਦੇ ਨਾਮ ਤੋਂ ਸਦਕੇ ਜਾਂਦਾ ਹਾਂ ਹਮਰੇ ਜਗ ਜੀਵਨ ਹਰ ਪ੍ਰਾਨ ਏ ਭਾਈ ਜਗਤ ਦੇ ਜੀਵਨ ਪ੍ਰਭੂ ਜੀ ਹੀ ਆਸਾ ਜੀਵਾ ਦੇ ਜਿੰਦ ਜਾਨ ਹਨ ਫਿਰ ਵੀ ਅਸਾ ਜੀਵਾਨੋ ਇਹ ਸਮਝ ਨਹੀਂ ਆਉਂਦੀ ਹਰ ਊਤਮ ਰਿਤ ਅੰਤਰ ਭਾਇਓ ਗੁਰਮੰਤ ਦਿਓ ਹਰ ਕਾਨ ਰਹਾਓ ਜਿਸ ਮਨੁੱਖ ਦੇ ਕੰਨ ਵਿੱਚ ਗੁਰੂ ਨੇ ਹਰ ਨਾਮ ਦਾ ਉਪਦੇਸ਼ ਦੇ ਦਿੱਤਾ ਉਸ ਮਨੁੱਖ ਨੂੰ ਊਤਮ ਹਰੀ ਆਪਣੇ ਹਿਰਦੇ ਵਿੱਚ ਪਿਆਰਾ ਲੱਗਾ ਲੱਭਦਾ ਹੈ ਆਓ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਨਾਮ ਵਖਾਨ ਏ ਸੰਤ ਜਨੋ ਏ ਮੇਰੇ ਭਰਾਵੋ ਆਓ ਮਿਲ ਬੈਠੋ ਮਿਲ ਕੇ ਪਰਮਾਤਮਾ ਦਾ ਨਾਮ ਜਪੀਏ ਕਿਤ ਵਿਦਿ ਕਿਉ ਪਾਈਐ ਪ੍ਰਭ ਆਪਣਾ ਮੌਕੋ ਕਰੋ ਉਪਦੇਸ਼ ਹਰ ਤਾਨ ਏ ਸੰਤ ਜਨੋ ਪ੍ਰਭੂ ਮਿਲਾਪ ਦਾ ਉਪਦੇਸ਼ ਮੈਨੂੰ ਧਾਨ ਵਜੋ ਦੇਵੋ ਮੈਨੋ ਦੱਸੋ ਕਿ ਪਿਆਰਾ ਪ੍ਰਭੂ ਕਿਵੇਂ ਕਿਸ ਤਰੀਕੇ ਨਾਲ ਮਿਲ ਸਕਦਾ ਹੈ ਸਤ ਸੰਗਤ ਮੈਂ ਹਰ ਹਰ ਵਸਿਆ ਮਿਲ ਸੰਗਤ ਹਰ ਗੁਣ ਜਾਨ ਏ ਪਾਈ ਪਰਮਾਤਮਾ ਸਾਗਤ ਵਿੱਚ ਸਦਾ ਵਸਦਾ ਹੈ ਸਾਗਤ ਵਿੱਚ ਮਿਲ ਕੇ ਪਰਮਾਤਮਾ ਦੇ ਗੁਣਾ ਦੀ ਸਾਂਝ ਪੈ ਸਕਦੀ ਹੈ ਤੁਹਾਡਾ ਭਾਗ ਸਤ ਸੰਗਤ ਪਾਈ ਗੁਰ ਸਤ ਗੁਰ ਪਰਸ ਭਗਵਾਨ ਜਿਸਨੂੰ ਵੱਡੀ ਕਿਸਮਤ ਨਾਲ ਸਾ ਸੰਗਤ ਪ੍ਰਾਪਤ ਹੋ ਗਈ ਉਸਨੇ ਗੁਰੂ ਸਤਗੁਰੂ ਦੇ ਚਰਨ ਛੋ ਕੇ ਭਗਵਾਨ ਦਾ ਮਿਲਾਪ ਹਾਸਲ ਕਰ ਲਿਆ ਗੁਣ ਗਾਵੇ ਪ੍ਰਭ ਅਗਮ ਠਾਕੁਰ ਕੇ ਗੁਣ ਗਾਏ ਰਹੇ ਹੈਰਾਨ ਏ ਭਾਈ ਆਓ ਆ ਪਹੁੰਚ ਠਾਕੁਰ ਪ੍ਰਭੂ ਦੇ ਗੁਣ ਗਾਵੇਆ ਕਰੀਏ ਉਸ ਦੇ ਗੁਣ ਗਾ ਗਾ ਕੇ ਉਸ ਦੀ ਵਡਿਆਈ ਅੱਖਾਂ ਸਾਹਮਣੇ ਲਿਆ ਲਿਆ ਕੇ ਹੈਰਤ ਵਿੱਚ ਗੁੰਮ ਹੋ ਜਾਈਦਾ ਹੈ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਹਰ ਨਾਮ ਦੀ ਓਕੀਨ ਦਾਣਾ اے ਨਾਨਕ ਜਿਸ ਦਾਸ ਉਤੇ ਗੁਰੂ ਨੇ ਮਿਹਰ ਕੀਤੀ ਉਸ ਨੂੰ ਗੁਰੂ ਨੇ ਇੱਕ ਕੀਨ ਵਿੱਚ ਪਰਮਾਤਮਾ ਦਾ ਨਾਮ ਦਾਣਾ ਤੇ ਦਿੱਤਾ ਪਰਬਾਤੀ ਮਹਲਾ 4 ਰਾਗ ਪਰਬਾਤੀ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਉਗਵਾ ਸੂਰ ਗੁਰਮੁਖ ਹਰ ਬੋਲੇ ਸਭ ਰੈਨ ਸੰਭਾਲ ਲੈ ਹਰ ਗਾਲ ਏ ਭਾਈ ਜਦੋਂ ਸੂਰਜ ਚੜਦਾ ਹੈ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਦਾ ਨਾਮ ਜਪਨ ਲਾਗ ਪੈਂਦੇ ਹਨ ਸਾਰੀ ਰਾਤ ਵੀ ਉਹ ਪਰਮਾਤਮਾ ਦੀ ਸਿਫਤ ਸਲਾ ਦੀਆਂ ਗੱਲਾਂ ਹੀ ਕਰਦੇ ਹਨ ਹਮਰੇ ਪ੍ਰਭ ਹਮ ਲੋਚ ਲਗਾਈ ਹਮ ਕਰੈ ਪ੍ਰਭੂ ਹਰ ਪਾਲ ਮੇਰੇ ਪ੍ਰਭੂ ਨੇ ਮੇਰੇ ਅੰਦਰ ਵੀ ਇਹ ਲਗਨ ਪੈਦਾ ਕਰ ਦਿੱਤੀ ਹੈ ਇਸ ਵਾਸਤੇ ਮੈਂ ਵੀ ਪ੍ਰਭੂ ਦੀ ਢੋਂਡ ਕਰਦਾ ਰਹਿੰਦਾ ਹਾਂ ਮੇਰਾ ਮਨ ਸਾਧੂ ਤੌਰ ਰਵਾਲੇ ਏ ਭਾਈ ਗੁਰੂ ਨੇ ਪਰਮਾਤਮਾ ਦਾ ਮਿੱਠਾ ਨਾਮ ਮੇਰੇ ਹਿੱਡੇ ਵਿੱਚ ਪੱਕਾ ਕਰ ਦਿੱਤਾ ਹੈ ਹਰ ਹਰ ਨਾਮ ਦੇ ਡਾਇਓ ਗੁਰ ਮਿੱਠਾ ਗੁਰ ਪਗ ਚਾਰੈ ਹਮ ਬਾਲ ਰਹਾਓ ਮੈਂ ਆਪਣੇ ਕੇਸਾ ਨਾਲ ਗੁਰੂ ਦੇ ਚਰਨ ਛਾੜਦਾ ਹਾਂ ਮੇਰਾ ਮਨ ਗੁਰੂ ਦੇ ਚਰਨਾ ਦੀ ਧੂੜ ਹੋਇਆ ਰਹਿੰਦਾ ਹੈ ਸਾਕਤ ਕੋ ਦਿਨ ਰੈਣ ਅੰਧਾਰੀ ਮੋਹ ਫਾਥੇ ਮਾਇਆ ਜਾਲ ਏ ਭਾਈ ਪਰਮਾਤਮਾ ਨਾਲੋ ਟੁੱਟੇ ਹੋਏ ਮਨੁੱਖਾ ਵਾਸਤੇ ਸਾਰਾ ਦਿਨ ਸਾਰੀ ਰਾਤ ਘੁੱਪ ਹਨੇਰਾ ਹੁੰਦੀ ਹੈ ਕਿਉਂਕਿ ਉਹ ਮਾਇਆ ਦੇ ਮੋਹ ਵਿੱਚ ਮਾਇਆ ਦੇ ਮੋਹ ਦੀਆਂ ਪਾਹਿਆਂ ਵਿੱਚ ਫਸੇ ਰਹਿੰਦੇ ਹਨ। ਕੇਨਪਾਲ ਹਰਿ ਪ੍ਰਭਾ ਦੇ ਨਵਸਿਓ ਰੇਨ ਬਾਦੇ ਬਹੁ ਵਿਦਬਾਲ। ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਇੱਕ ਖਿੰਨ ਭਰ ਵੀ ਇੱਕ ਪਲ ਭਰ ਵੀ ਨਹੀਂ ਵਸਦਾ। ਉਹ ਕਈ ਤਰੀਕਿਆਂ ਨਾਲ ਵਿਕਾਰਾਂ ਦੇ ਕਰਜੇ ਵਿੱਚ ਵਾਲ-ਵਾਲ ਵੱਜੇ ਰਹਿੰਦੇ ਹਨ। ਸਤ ਸੰਗਤ ਮਿਲ ਮਤ ਬੁੱਧ ਪਾਈ। ਉਹ ਛੋਟੇ ਮਮਤਾ ਜਾਲ ਏ ਭਾਈ ਜੇ ਨਾ ਮਨੁੱਖਾ ਨੇ ਸਾਹ ਸੰਗਤ ਵਿੱਚ ਮਿਲ ਕੇ ਉੱਚੀ ਮਤ ਉੱਚੀ ਅਕਲ ਪ੍ਰਾਪਤ ਕਰ ਲਈ ਉਹਨਾਂ ਦੇ ਅੰਦਰੋਂ ਹੋਮੈ ਮੁੱਕ ਜਾਂਦੀ ਹੈ ਮਾਇਆ ਦੇ ਮੋਹ ਦੀਆਂ ਫਹਾਈਆਂ ਟੁੱਟ ਜਾਂਦੀਆਂ ਹਨ ਹਰਨਾ ਮਾ ਹਰ ਮੀਠ ਲਗਾਣਾ ਗੁਰ ਕੀ ਇਹ ਸਬਦ ਨਿਹਾਲ ਉਹਨਾਂ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ ਕੁਰੂ ਨੇ ਉਹਨਾਂ ਨੂੰ ਆਪਣੇ ਸ਼ਬਦ ਦੀ ਬਰਕਤ ਨਾਲ ਨਿਹਾਲ ਕਰ ਦਿੱਤਾ ਹੁੰਦਾ ਹੈ। ਹਮ ਬਾਰਿਕ ਗੁਰ ਆਗਮ ਗੋਸਾਈ ਗੁਰ ਕਰ ਕਿਰਪਾ ਪ੍ਰਤਪਾਲ। ਏ ਗੁਰੂ ਏ ਆਪਾਹੋਜ ਮਾਲਕ। ਅਸੀਂ ਜੀਵ ਤੇਰੇ ਅਣਜਾਨ ਬੱਚੇ ਹਾਂ। ਏ ਗੁਰੂ ਮਿਹਰ ਕਰ ਸਾਡੀ ਰੱਖਿਆ ਕਰ। ਬੇਖਪਾਉ ਜਲ ਡੋਬ ਦੇ ਕਾੜ ਲੈ ਹੋ ਪ੍ਰਭ। ਗੁਰ ਨਾਨਕ ਬਾਲ ਗੋਪਾਲ। ਹੇ ਨਾਨਕ ਆਖੇ ਹੇ ਗੁਰੂ ਹੇ ਪ੍ਰਭੂ ਹੇ ਧਰਤੀ ਦੇ ਰਾਖੇ ਅਸੀਂ ਤੇਰੇ ਅਣਜਾਣ ਬੱਚੇ ਹਾਂ ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੇ ਸਮੁੰਦਰ ਵਿੱਚ ਡੁੱਬਦਿਆਂ ਨੂੰ ਸਾਨੂੰ ਬਚਾ ਲੈ ਪਰਬਤੀ ਮਹੱਲਾ ਚੌਥਾ ਰਾਗ ਪਰਬਤੀ ਵਿੱਚ ਉਚਾਨ ਕੀਤੀ ਹੋਈ ਇਹ ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਇਕਾ ਕੀਨ ਹਾਰ ਪ੍ਰਭਾ ਕਿਰਪਾ ਧਾਰੀ ਗੁਣ ਗਾਏ ਰਸ ਕਰ ਸੀਕ। हे ਭਾਈ ਜਿਨਾ ਮਨੁੱਖਾ ਉਤੇ ਪ੍ਰਭੂ ਨੇ ਇਕ ਖਿਨ ਭਾਰ ਵੀ ਮਿਹਰ ਕੀਤੀ। ਉਹਨਾਂ ਨੇ ਨਾਮ ਰਸ ਦੇ ਰਸੀਏ ਬਣ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ। ਗਾਵਤ ਸੁਨਤ ਦਉਪੇ ਮੁਖਤੇ ਜਿਨਾ ਗੁਰਮੁਖ ਕੀਨ ਹਰ ਭੀਕ। हे ਭਾਈ ਜਿਨਾ ਮਨੁੱਖਾ ਨੇ ਗੁਰੂ ਦੀ ਛਾਣ ਪਾ ਕੇ ਕਿਹਨ ਕਿਨ ਹਰ ਨਾਮ ਰਸ ਪੀਣਾ ਸ਼ੁਰੂ ਕਰ ਦਿੱਤਾ ਉਹ ਹਰ ਗੁਣ ਗਾਣ ਵਾਲੇ ਅਤੇ ਸੁਣਨ ਵਾਲੇ ਦੋਵੇਂ ਹੀ ਵਿਕਾਰਾਂ ਤੋਂ ਬਚ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ